ਜੀ ਆਪਾਂ ਆ ਗਏ ਸੀਗੇ ਸਾਨੀਵਾਲ ਮੰਡੀ 'ਚ, ਹੁਣ ਤੁਹਾਨੂੰ ਦਿਖਾਵਾਂਗੇ ਸਾਨੀਵਾਲ ਮੰਡੀ ਦਾ ਮਾਹੌਲ। ਅਤੇ ਜਿਹੜੀ ਆਪਾਂ ਕੱਲ੍ਹ ਵਲੋਗ ਪਾਇਆ ਸੀਗਾ, ਵੀਡੀਓ ਪਾਈ ਸੀਗੀ, ਜੋ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਨਾਲੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਬਾਕੀ ਅੱਜ ਆਪਾਂ ਆਏ ਸੀਗੇ ਮੰਡੀ 'ਚ, ਝੋਨਾ ਫੁੱਲਿਆ ਹੋਇਆ, ਧੁੱਪ ਬਾਹਲੀ ਜ਼ਿਆਦਾ ਸੀਗੀ, ਉੱਤੇ ਪੱਖਾ ਪੁੱਖਾ ਲੱਗਿਆ ਜਾਣੀ ਵਧੀਆ ਉਹਦੇ 'ਤੇ, ਅਤੇ ਦੋ ਬੈੱਡ ਬੁੱਡ ਲੱਗਿਆ ਹੋਇਆ ਯਾਰ, ਪੈ ਗਈ ਆ ਰਾਤ ਨੂੰ ਦੋ ਰਾਤ। ਅੱਜ ਆਪਾਂ ਹੋ ਜਾਵਾਂਗੇ ਵਿਹਲੇ, ਉੱਥੇ ਪੱਖਾ ਕੱਲ੍ਹ ਲਾਤਾ ਸੀਗਾ ਰਾਤ, ਅਤੇ ਅੱਜ ਆਪਾਂ ਧੁੱਲ ਜਾਣਾ। ਬਾਕੀ ਧੁੱਪ ਦੇਖੋ ਜਦੋਂ ਪੂਰੀ ਕੈੜੀ ਆ, ਪੱਖੇ ਖੜ੍ਹੇ ਸੀਗੇ, ਔਰ ਝੋਨਾ ਫੁੱਲਿਆ ਹੋਇਆ ਸੀਗਾ ਇੱਥੇ, ਅਤੇ ਬਾਕੀ ਬਾਹਰ ਪਿਆ ਸੀਗਾ, ਔਰ ਰਾਤ ਨੂੰ ਉਰੇ ਰਹਿਣਾ ਔਖਾ। ਬਾਕੀ ਰਾਤ ਨੂੰ ਤਰੇੜ ਪੈਂਦੀ ਹੁੰਦੀ ਆ, ਉਹਦੇ ਕਰਕੇ ਥੋੜ੍ਹਾ ਜਿਹਾ ਬੈੱਡ ਬੁੱਡ ਲੱਗਿਆ, ਆਪਾਂ ਉੱਥੇ ਪੈ ਜਾਈਦਾ ਬਸ। ਹਾਂਜੀ ਬਾਕੀ ਆਪਾਂ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਮਾਹੌਲ ਇਹਦਾ, ਸ਼ਾਮ ਨੂੰ ਵਧੀਆ ਸ਼ਾਮ ਸ਼ੂਮ ਜਦੋਂ ਕੰਡਾ ਕੁੰਡਾ ਲੱਗੂਗਾ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ। ਬਾਕੀ ਹੁਣ ਆਪਾਂ ਰੋਟੀ ਖਾ ਕੇ ਬਾਅਦ 'ਚ ਗੱਲਬਾਤ ਕਰਦੇ ਹਾਂ। ਹਾਂਜੀ ਹੁਣ ਆਪਾਂ ਰੋਟੀ ਰੋਟੀ ਖਾ ਲਈ ਸੀਗੀ, ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਖੋਲਿਆ ਸੀਗਾ ਥੋੜ੍ਹਾ ਜਿਹਾ, ਅਤੇ ਆਹ ਤੰਬੂ ਤੁੰਬੂ ਲਾਏ ਹੋਏ ਦੇਖੋ ਕਿੰਨੇ ਘੈਂਟ ਲੱਗਦੇ ਨੇ, ਵਧੀਆ ਲਾ ਜਾ ਪੈ ਜਾਂਦੇ, ਰਾਤ ਨੂੰ ਰਹਿਣਾ ਸੌਖਾ ਲੱਗਦਾ। ਅਤੇ ਬਾਕੀ ਅੱਜ ਆਪਾਂ ਸ਼ਾਮ ਨੂੰ ਵਿਹਲੇ ਹੋ ਜਾਵਾਂਗੇ, ਘਰ ਜਾਵਾਂਗੇ ਅਤੇ ਸ਼ਾਮ ਨੂੰ ਦਿਖਾਵਾਂਗੇ ਤੁਹਾਨੂੰ ਆਪਾਂ। ਹੋਰ ਬਾਕੀ ਉਹ ਸਾਹਮਣੇ ਲੱਗੇ ਹੋਏ ਸੀਗੇ ਫੁੱਲਣ, ਇਕੱਠਾ ਕਰ ਦੇਣਗੇ ਹੁਣ ਜਾਣੀ ਸ਼ਾਮ ਤੱਕ, ਸ਼ਾਮ ਨੂੰ ਦਿਖਾਵਾਂਗੇ ਬਾਕੀ ਤੁਹਾਨੂੰ ਕਿਵੇਂ ਲੱਗਦਾ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ, ਅਤੇ ਸਬਸਕ੍ਰਾਈਬ ਨਾਲ ਜ਼ਰੂਰ ਕਰ ਲਿਓ। ਮੰਡੀ 'ਚ ਬਾਹਲਾ ਧੁੱਪ ਬਾਹਲੀ ਜ਼ਿਆਦਾ ਆ, ਅਤੇ ਹੋਰ ਕੋਈ ਚੱਕਰ ਨਹੀਂ ਹੈਗਾ, ਇੱਥੇ ਬਸ ਇਹੀ ਹੁੰਦਾ ਕਿ ਛੇਤੀ ਘਰ ਜਾਈਏ, ਛੇਤੀ ਮੰਡੀ ਹੈ। ਨਿਗਰਾ ਹੋ ਗਿਆ ਜੀ, ਹੁਣ ਦੇਖੋ ਕੰਡਾ ਲੱਗਿਆ ਹੋਇਆ, ਬਾਕੀ ਅੱਜ ਤਾਂ ਮੈਂ ਲਾਰ 8-9 ਤਾਂ ਬਾਕੀ ਜਾਣੇ ਆ ਘਰ ਜਾਂਦੇ ਨੇ, ਬਾਕੀ ਦੋ ਢੇਲੀਆਂ ਹੋਰ ਪਈਆਂ ਵਾਲਾ ਕੰਡਾ ਲੱਗਣ ਨਾਲ ਚੱਕਰ ਵੀ ਨਹੀਂ ਹੋਈ ਹੈਗੀ, ਲੱਟਾਂ ਲੁੱਟਾਂ ਲੱਗੀਆਂ ਉਹਦੇ ਬਾਅਦ ਆਹ ਨਜ਼ਾਰਾ ਹੋਇਆ ਸੀ ਮੰਡੀ ਦੁਕਾਨੇ ਵਾਲੇ, ਬਾਕੀ ਤੁਹਾਨੂੰ ਵੀ ਪਤਾ ਜਿਹਾ ਮੰਡੀਆਂ ਦੇ ਹਾਲ ਕਿਹਾ ਸੀਗਾ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਨਾਲ ਜ਼ਰੂਰ ਕਰ ਲਿਓ। ਬਾਕੀ ਆਹ ਮੰਡੀ ਦਾ ਹਾਲ ਦੇਖੋ, ਪਹਿਲੀ ਪਈ ਆ ਮੰਡੀ, ਕੋਈ ਦਿੰਦਾ ਹੀ ਨਹੀਂ ਹੈਗਾ, ਲਾਈਟਾਂ ਲੱਗੀਆਂ ਹੋਈਆਂ ਉੱਤੇ, ਲਾਈਟਾਂ ਨਾਲ ਨਜ਼ਾਰਾ ਵਾਲੇ ਉੱਥੇ ਦਿੰਦਾ ਮਾੜਾ ਮੋਟਾ।